ਇੱਥੇ ਕੰਮ ਜੇ ਜੀ ਬੱਚਿਆਂ ਨੂੰ ਬੁਲਾਉਂਦੇ ਨੇ ਆਂਦੇ ਨੇ ਆਓ ਤੁਹਾਨੂੰ ਪੈਸੇ ਦੇਈਏ ਉਸ ਤੋਂ ਇਲਾਵਾ ਤੁਹਾਨੂੰ ਖਾਣ ਪੀਣ ਵਾਸਤੇ ਸ਼ੈਵਾਂ ਦੇਣੇ ਆ ਕੰਮ ਦੇਣੇ ਆ ਪਰ ਉਹ ਕੰਮ ਨਹੀਂ ਦਿੰਦੇ ਆ ਫਿਰ ਅੱਗੋਂ ਗਲਤ ਕੰਮ ਕਰਵਾਉਂਦੇ ਨੇ ਇਹ ਬੜੀ ਇਸ ਚੀਜ਼ ਦੀ ਬੜੀ ਹਿਰਸ ਹੁੰਦੀ ਹੈ ਇਹਨਾਂ ਦੇ ਜਿਹੜੇ ਬੁੱਢੇ ਨੇ ਆਖਣਗੇ ਅਸੀਂ ਤੁਹਾਨੂੰ 50 ਯੂਰੋ ਦਾਂਦੇ ਤੁਹਾਨੂੰ ਨਾਲ ਕਾਫੇ ਪਿਆਵਾਂ ਦੇ ਨਾਲ ਦੁੱਧ ਛੋ ਦੇ ਲਾਲਚ ਦਿੰਦੇ ਨੇ ਰੋਟੀ ਵੀ ਖਵਾਵਾਂਦੇ ਸਾਰਾ ਕੁਝ ਕਰਾਂਗੇ ਇਹ ਕਾਰ ਕੂਰ ਕੇ ਜਨਾਬ ਇਹਨਾਂ ਨੂੰ ਲੈ ਜਾਂਦੇ ਨੇ ਫਿਰ ਬਾਅਦ 'ਚ ਉਹਨਾਂ ਨੂੰ ਜਾ ਕੇ ਜ਼ਿਆਦਤੀਆਂ ਕਰਦੇ ਬਾਕੀ ਇਹ ਬੜਾ ਕੁਝ ਹੁੰਦਾ ਮੇਰੇ ਨਾਲ ਆ ਬੜਾ ਲੇਕਿਨ ਮੈਂ ਗਿਆ ਨਹੀਂ ਠੀਕ ਤੇ ਇਹ ਜਿਹੜਾ ਇਹ ਕੰਮ ਹੈ ਦੇਖੋ ਮੈਂ ਲੂਤ ਨੂੰ ਤਬਾਹ ਕਰ ਛੜਿਆ ਇਹਦੇ ਵਿੱਚ ਤਬਾਹੀ ਹੈ ਸਹੀ ਬਾਤ ਨਾ ਬੰਦਾ ਘਰ ਦੇ ਕਾਬਲ ਦੇ ਨਾ ਬਾਹਰ ਦੇ ਬਿਹਤਰ ਹੈ ਆਵਣ ਤਿਆਰ ਕਰਨ ਜਿਹੜਾ ਕੋ ਆਖਿਆ ਉਹ ਕੰਮ ਉਹਨੂੰ ਆਖਣ ਖਸਮਾਂ ਨੂੰ ਖਾ ਜੀ ਭਾਈ ਜੀ ਭਾਈ ਬਿਲਕੁਲ ਹੀ ਥੋੜੇ ਜਿਹਾ ਪੈਸੇ ਨਹੀਂ ਵਜਾ ਤਾਂ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਬੰਦਾ ਬਚ ਕੇ ਰਹਿਣਾ ਆਪਣੇ ਭਰਾਵਾਂ ਕੀ ਮੈਸੇਜ ਹੈ ਅਸੀਂ ਵੀ ਬਚ ਕੇ ਰਹਿਣਾ ਜੀ ਇੱਜ਼ਤ ਦੀ ਖਾ ਲਓ ਕਿਉਂਕਿ ਟੈਕਸੀ ਵਾਲਾ ਟੈਕਸੀ ਕਾਰ ਵਾਲਾ ਯੰਗ ਲੜਕਾ ਆਇਆ ਕਹਿੰਦਾ ਕਿੱਥੇ ਜਾਣਾ ਅਸੀਂ ਜਾਣਾ ਥੋੜਾ ਜਿਹਾ ਉੱਤੇ ਤਰਾਕੋ ਮਕਦੋਨਸ ਕਹਿੰਦਾ ਉਹ ਤੁਹਾਨੂੰ ਲਾ ਦੇਣਾ ਉਹ ਜਿੰਦਾ ਦੋਸਤ ਕਹਿੰਦਾ ਚੱਲ ਚੱਲੀਏ ਮੈਂ ਕਿਹਾ ਨਾ ਇਹ ਬੰਦਾ 2 ਨੰਬਰ ਹੀ ਬਚ ਕੇ ਰਹੀ ਦੇਤੀ ਯਾਨੀ ਕਿ ਉਸ ਬੱਚੇ ਬੰਦੇ ਦੀ ਉਮਰ ਹੋਣੀ ਹੈ 22-23 ਸਾਲ ਅਸਲਾਮ ਅਲੈਕੁਮ ਜੀ ਮੇਰਾ ਨਾਮ ਅਲਸ਼ੇਰ ਔਰ ਆਪ ਦੇਖ ਰਹੇ ਪੰਜਾਬ ਯੂਰੋ ਟੀਵੀ ਇੱਕ ਔਰ ਬਾ ਮਕਸਦ ਵੀਡੀਓ ਲੈ ਕੇ ਆਪਕੀ ਖਿਦਮਤ ਮੇਂ ਹਾਜ਼ਰ ਹੂਏ ਏਥਨ ਸ਼ਹਿਰ ਮੇਂ ਮੌਜੂਦ ਹੈ ਅਮੋਨੀ ਇਸ ਜਗ੍ਹਾ ਕਾ ਨਾਮ ਹੈ ਜੋ ਕਿ ਸੈਂਟਰ ਹੈ ਏਥਨ ਕਾ ਔਰ ਏਥਨ ਕੈਪੀਟਲ ਹੈ ਯੂਨਾਨ ਕਾ ਇੱਕ ਬੜਾ ਸੈਂਸਿਟਿਵ ਟੌਪਿਕ ਹੈ ਜਿਸਕੋ ਲੈ ਕੇ ਆਜ ਹਮ ਆਪਕੀ ਖਿਦਮਤ ਮੇਂ ਹਾਜ਼ਰ ਹੂਏ ਯਕੀਨਨ ਯੇ ਆਜ ਸੇ ਪਹਿਲੇ ਕਭੀ ਵੀ ਆਪਕੋ ਕਿਸੀ ਨੇ ਨਹੀਂ ਬਤਾਇਆ ਹੋਗਾ ਕਿ ਯਹਾਂ ਪੇ ਜੋ ਹਮਾਰੇ ਪਾਕਿਸਤਾਨੀ ਇਮੀਗ੍ਰੈਂਟਸ ਆਤੇ ਹੈ ਜਾਂ ਇੰਡੀਅਨ ਆਤੇ ਹੈ ਜਾਂ ਬੰਗਲਾਦੇਸ਼ ਸੇ ਬੱਚੇ ਆਤੇ ਹੈ ਜੋ 18 ਸਾਲ ਸੇ ਕਮ ਹੋਤੇ ਹੈ ਜਾਂ ਜ਼ਿਆਦਾ ਹੋਤੇ ਹੈ ਯਹਾਂ ਪੇ ਉਨਕਾ ਮਿਸ ਯੂਜ਼ ਕੀਆ ਜਾਤਾ ਹੈ ਉਨਕੋ ਪੈਸੋਂ ਕਾ ਲਾਲਚ ਦੇ ਕੇ ਜੋ ਯਹਾਂ ਕੇ ਓਲਡ ਪਰਸਨ ਹੈ ਠੀਕ ਹੈ ਬਜ਼ੁਰਗ ਹਜ਼ਰਾਤ ਹੈ ਉਹ ਆਪਕੋ ਕਾਮ ਕਾ ਲਾਲਚ ਦੇ ਕੇ ਵਰਗ ਲਾਏਗੇ ਟ੍ਰੇਨੋ ਔਰ ਬੱਸੋ ਮੇਂ ਆਪਕੇ ਸਾਥ ਖੜੇ ਹੋਗੇ ਔਰ ਆਪਕੋ ਕਹੇਗੇ ਕਿ ਆਪ ਪੈਸੇ ਲੈ ਲੇ ਮੇਰੇ ਸਾਥ ਕਾਫੀ ਪੀਨੇ ਚਲੇ ਜਾਂ ਮੇਰੇ ਪਾਸ ਕਾਮ ਹੈ ਮੇਰੇ ਸਾਥ ਚਲੇ ਇਸ ਵੀਡੀਓ ਕੋ ਬਣਾਉਣ ਕਾ ਪਰਪਸ ਜੀ ਹੈ ਜੋ ਬੱਚੇ ਹਮਾਰੇ ਕੱਲ ਕੋ ਆਏਗੇ ਜਾਂ ਜੋ ਨੌਜਵਾਨ ਯਹਾਂ ਪੇ ਰਹਤੇ ਉਹਨੇ ਪਤਾ ਹੋ ਕਿ ਅਗਰ ਉਹ ਅਮੋਨੀ ਆ ਰਹੇ ਹੈ ਜਾਂ ਟ੍ਰੇਨ ਬੱਸ ਮੇਂ ਕੋਈ ਬੰਦਾ ਉਨਸੇ ਇਸ ਤਰ੍ਹਾਂ ਬਾਤ ਕਰ ਰਹਾ ਹੈ ਉਹਨੇ ਨੌਲੇਜ ਹੋ ਇਸ ਚੀਜ਼ ਕਾ ਕਿ ਉਹ ਕਿਸ ਮਕਸਦ ਕੇ ਲਈ ਬਾਤ ਕਰ ਰਹਾ ਹਮ ਗੁਫ਼ਤਗੂ ਕਾ ਆਗਾਜ਼ ਕਰਤੇ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਪਿਆਰੇ ਭਾਈ ਕੀ ਨਾਮ ਤੁਹਾਡਾ ਭਾਈ ਨਾਮ ਜ਼ਾਹਿਦ ਜ਼ਾਹਿਦ ਕਿੰਨੀ ਦੇਰ ਹੋ ਗਈ ਇੱਥੇ ਗ੍ਰੀਸ ਰਹਿੰਦੇ ਹੋ ਭਾਈ ਤਕਰੀਬਨ 3 ਸਾਲ ਹੋ ਗਏ ਨੇ 3 ਸਾਲ ਹੋ ਗਏ ਨੇ ਜੀ ਭਾਈ ਅੱਛਾ ਥੋੜਾ ਜਿਹਾ ਦੱਸੋ ਜਿਹੜਾ ਸਾਡਾ ਟੌਪਿਕ ਅੱਜ ਦਾ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਠੀਕ ਹੈ ਕਿਵੇਂ ਕੀ ਆਣ ਕੇ ਆਉਂਦੇ ਨੇ ਤੁਹਾਡੇ ਨਾਲ ਜਿਹੜਾ ਇਨਸੀਡੈਂਟ ਹੋਇਆ ਥੋੜਾ ਜਿਹਾ ਸ਼ੇਅਰ ਕਰੋ ਭਾਜੀ ਇਹ ਆ ਕੇ ਲਾਲਚ ਦਿੰਦੇ ਨੇ ਆਓ ਤੇ ਚਲੋ ਪਾਰਿਆ ਸ਼ਾਰਿਆ ਕਰੀਏ ਕਾਫੇ ਸ਼ਾਫੇ ਪੀ ਵੀਏ ਜਰਾ ਉੱਥੇ ਜਾਣਾ ਬੋਲ ਤਾਂ ਮਾਰਨ ਚੱਲਨੇ ਆ ਠੀਕ ਹੈ ਲੈ ਕੇ ਜਾਂਦੇ ਨੇ ਉਹ ਮਿਸ ਜਿਹੜਾ ਨਾ ਕੀ ਆਂਦੇ ਨੇ ਉਹ ਜਿਹੜਾ ਆ ਮਿਸ ਯੂਜ਼ ਕਰਦੇ ਨੇ ਉਹ ਜਿਹੜਾ ਉਹ ਹਿਸਾਬ ਹੋਇਆ ਕੁਮੇ ਜਿਹੜਾ ਕੌਮੇ ਲੂਤ ਤੇ ਅਜ਼ਾਬ ਆਇਆ ਸੀ ਉਹ ਸਾਡੇ ਪਾਕਿਸਤਾਨ ਵੇਖ ਲਓ ਤੁਸੀਂ ਆ ਰਿਹਾ ਆ ਸਾਡੇ ਪਾਕਿਸਤਾਨੀ ਯੰਗ ਜਨਰੇਸ਼ਨ ਜਿਹੜੀ ਹੈ ਭਾਜੀ ਤੁਹਾਨੂੰ ਪਤਾ ਖੂਨ ਗਰਮ ਹੁੰਦਾ ਠੀਕ ਹੈ ਇਹ ਨਹੀਂ ਸਮਝ ਸਕਦੇ ਉਹਨਾਂ ਨੂੰ ਤੇ ਜਾਣ ਬੁੱਝ ਕੇ ਟੁਰ ਜਾਂਦੇ ਨਾਲ ਬਾਅਦ ਵਿੱਚ ਤੁਸੀਂ ਪਛਤਾਉਂਦੇ ਹੋ ਠੀਕ ਹੈ ਇਹ ਹਕੀਕਤ ਗੱਲ ਹੈ ਇਹ ਅਜੇ ਕੱਲ ਦਾ ਵਾਕਿਆ ਤੁਹਾਨੂੰ ਦੱਸਨੇ ਆ ਪਰਸੋਂ ਚੌਥ ਮੈਂ ਕੋਸ ਤੋਂ ਆਇਆ ਜਜ਼ੀਰੇ ਤੋਂ ਕੰਮ ਕਰਕੇ ਹੋਟਲ ਤੇ ਤੇ ਥੀ ਨੇ ਜਿਉਂ ਹੀ ਆਉਂਦਾ ਗਿਆ ਨਾ ਮੈਂ ਬੋਲਤੇ ਤੇ ਨਿਕਲ ਗਿਆ ਸਹੀ ਹੈ ਤੇ ਕੱਲ ਥੀ ਆਪੜਿਆ ਕੱਲ ਥੀ ਇੱਕ ਮਿੰਟ ਕਰਿਆ ਬਾਬਾ ਸਹੀ ਹੈ ਕਹਿੰਦਾ ਰਾਹ ਕਾਫੇ ਪੀਣ ਚੱਲੀਏ ਸਹੀ ਹੈ ਮੈਂ ਕਿਹਾ ਫੀਲੇ ਇਹੋ ਦੇ ਬੋਰੋ ਇਹੋ ਕਹਾਣੀ ਦੁਲੀਆ ਤੀ ਬਤਾ ਲਓ ਲਈ ਲਾ ਦਿੱਲੀ ਦਿਓ ਲਿਪਤਾ ਲਈ ਫਿਰ ਪੰਜਾਬੀ ਗੱਲ ਕਰੋ ਹਾਂ ਸਹੀ ਹੈ ਮੈਂ ਉਹਨਾਂ ਆਖਿਆ ਵਾ ਮੈਂ ਨਹੀਂ ਕਰ ਸਕਦਾ ਕੋਈ ਤੇਰੇ ਨਾਲ ਵਾ ਮੇਰੀ ਉਮਰ ਕਿੰਨੀ ਹੈ 18 ਸਹੀ ਹੈ 18 ਸਾਲ ਮੇਰੀ ਉਮਰ ਹੈ ਸਹੀ ਹੈ ਮੈਂ ਕਿਹਾ ਠੀਕ ਹੈ ਅਸੀਂ ਆਪਣੀ ਮਜ਼ਦੂਰੀ ਕਰਨ ਆਏ ਹਾਂ ਮਜ਼ਦੂਰੀ ਕਰਨੀ ਹੈ ਸਾਡਾ ਨਹੀਂ ਹੱਕ ਹੈ ਸਹੀ ਹੈ ਇਸ ਕੰਮਾਂ ਹੀ ਵੜਨੇ ਦਾ ਆਂਦਾ ਪਾਕਿਸਤਾਨੀ ਹੋਰ ਵੀ ਮੁੰਡੇ ਕਰਦੇ ਨੇ ਮੇਰੇ ਕੋਲ ਪੈਸੇ ਲੈਂਦੇ ਨੇ ਅੰਜੇ ਤੂੰ ਵੀ ਪੈਸੇ ਲੈ ਲੈ ਮੈਂ ਉਹਨਾਂ ਆਖਿਆ ਵਾ ਮੈਂ ਕੰਮ ਕਰਕੇ ਆਇਆ ਮੈਂ ਪੈਸੇ ਬਹੁਤ ਜ਼ਿਆਦਾ ਕਮਾ ਕੇ ਆਉਂਦੇ ਨੇ ਸਹੀ ਹੈ ਉਮਰ ਕਿੰਨੀ ਸੀ ਉਸ ਬਾਬੇ ਦੀ ਐਸੀ ਉਹਦੀ ਕੋਈ 70 ਕੁ ਸਾਲ ਉਮਰ 70 ਸਾਲ ਉਮਰ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹ ਪੈਗਾਮ ਦੇਣਾ ਚਾਹਨਾ ਕਿ ਜਿਹੜੀ ਨਵੇਂ ਮੁੰਡੇ ਆਉਂਦੇ ਨੇ ਠੀਕ ਹੈ ਸਾਨੂੰ ਕਿਤੇ ਨਹੀਂ ਦੇਰ ਹੋ ਗਈ 6-7 ਸਾਲ ਹੋ ਗਏ ਨੇ ਤੇ ਉਹਨਾਂ ਨੂੰ ਇਹ ਯਾਦ ਕਰਨੀ ਚਾਹੀਦੀ ਹੈ ਮਿਲਦੇ ਨੇ ਅਕਸਰ ਟ੍ਰੇਨ ਦੇ ਵਿੱਚ ਮਿਲਦੇ ਨੇ ਅਸੀਂ ਉਹਨੂੰ ਫਾਲੋ ਕਰਦੇ ਨੇ ਬੜੀ ਦਫਾ ਮੈਨੂੰ ਵੀ ਮਿਲੇ ਮੈਂ ਟ੍ਰੇਨ 'ਚ ਕੰਮ ਤੇ ਜਾਂਦਾ ਵਾਂ ਟ੍ਰੇਨ ਦੇ ਦੌਰਾਨ ਮਿਲਦੇ ਨੇ ਸੁਬਾਹ ਕਦੀ ਮਿਲ ਕਦੀ ਰਾਤ ਨੂੰ ਮਿਲ ਗਏ ਜੀ ਟੌਪਿਕ ਇਹ ਹੀ ਹੈ ਜੀ ਇੱਥੇ ਜਿਹੜੇ ਬਾਬੇ ਨੇ ਜਿਹੜੇ ਸਾਡੇ ਜਿੰਨੇ ਲੋਕ ਆਉਂਦੇ ਨੇ ਇੱਥੇ ਸਹੀ ਜਿਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ ਕੰਮ ਨਹੀਂ ਹੈ ਬਿਲਕੁਲ ਮਜ਼ਦੂਰੀ ਨਹੀਂ ਹੈ ਉਹ ਇੱਥੇ ਆ ਕੇ ਬਹਿੰਦੇ ਨੇ ਆਪਣਾ ਟੈਨਸ਼ਨਾਂ ਦੇ ਵਿੱਚ ਲੈ ਟੈਨਸ਼ਨਾਂ ਦੇ ਵਿੱਚ ਤੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਨੇ ਕੋਈ ਕਾਫੇ ਦਾ ਲਾਲਚ ਦਿੰਦੇ ਨੇ ਤੇ ਲਵਾ ਖੂਨ ਹੁੰਦਾ ਵਿਚਾਰੇ ਨਾਲੇ ਗੁਰਬਤ ਦੇ ਮਾਰੇ ਸਭ ਤੋਂ ਵੱਡੀ ਮੇਨ ਗੱਲ ਕੰਮ ਨਹੀਂ ਹੈ ਜਿਨ੍ਹਾਂ ਕੋਲ ਪੇਪਰ ਨਹੀਂ ਹੈ ਜਿਨ੍ਹਾਂ ਕੋਲ ਕਾਗਜ਼ ਨਹੀਂ ਹੈ ਉਹਨਾਂ ਕੀ ਕਰਨਾ ਵਿਚਾਰੇ ਮਜਬੂਰੀ ਦਾ ਲੋਕ ਫਾਇਦਾ ਉਠਾਉਂਦੇ ਨੇ ਔਰ ਗਲਤ ਕਰਦੇ ਨੇ ਸਹੀ ਹੈ ਇਹ ਸਾਡੇ ਨਾਲ ਸਾਡਾ ਇਸਲਾਮ ਇਜਾਜ਼ਤ ਦਿੰਦਾ ਸਹੀ ਲੋਕ ਲੋਕ ਕਰਦੇ ਨੇ ਲੇਕਿਨ ਮਜਬੂਰੀ ਦੇ ਵਾਸਤੇ ਕਰਦੇ ਨੇ ਸਹੀ ਹੈ ਇਹ ਸਾਡਾ ਜ਼ਿਆਦਾਤਰ ਕਿਸ ਜਗ੍ਹਾ ਤੇ ਜ਼ਿਆਦਾਤਰ ਇਹ ਲੋਕ ਹੁੰਦੇ ਨੇ ਤਾਂ ਕਿ ਜਿਹੜੇ ਲੋਕ ਵੇਖਣ ਡਏ ਨੇ
या बच्चे जड़े सेंटर च आन शहर चाहन उन्होंने पता हो वो जरा थोड़ी एहतियात कर ये सर जी इतने की कोई जगह ऐसी नहीं जिते बाबे नहीं लगने थोड़ा हर जगह पर ही ने हर जगह पर सही है तो इतने जिन्हें चलो असं तो अलहमदुल्ला कम लगे हैं जिन्हें को रोज़गार नहीं है पेपर नहीं है तो पेपर तो बगैर काम नहीं रखते ठीक है उन्होंने मकाना के किराया देने खर्चे देने पिछे ही फैमिली पता नहीं कि इलाज इंसान आया होंगे कोई अपना जेवर वेच के आंदा कोई जमीन वेच के आंदा किसी ने कोई नहीं इलम है अंदर का और जिंदा बीती उन्होंने सब तो बेहतर पता होंगे जी तो लिहाजा इस चीज़ का मजबूरी का फायदा चुकते हैं इतने और ज़्यादातर जो बाबे ने बजुर्ग ने इन्हों की उम्र की होंगी इन्हों की एज 60 तो 70 75 50 उतों उतें हाँ नहीं है ने 40 भी है ने सही है यानी यंग लोग भी यंग लोग भी हैं 25 साल तो इतने हो गए थोड़ा जहा नवी जनरेशन दसो किमें एहतियात कर सकते हैं और किमें इन्हों रगलाया जाता है एहतियात यही है कि साड़ा दीन सीधी गल फरमा कि बुरे काम तो बुरी चीज़ की बचो सही बात तो जोड़े मेरे बच्चे ने दोस्त भरा आते हैं इतने अपने तैयार करने तो मुख्तलिफ ऑफर आते हैं आखन के काम है ही बाद आखिर एक दो मी दुनिया है लपा में तो इसलिए बेहतर है कि उससे को बचन जितना बच सकते हैं तुम अपना डंकी ला के आओ घट ही घट 10-12 लाख दे के आते तो दूजी ये चीज़ जो काम कराते हैं आराम है साढ़े मजहब सही बात है अच्छा ज़्यादातर जो लोग ने भाई ये दसो कि वो इस जगह पर पाए जाते हैं ट्रेना च बसा च जो लोग जो कल आए थे या बच्चे जो अमोनिया नहीं आए उन्होंने पता हो कि जगह से यह चीज़ पाई जाती है ज़्यादातर लोग मिलते हैं ये लोग इतने अमोनिया मिलन दे उस बाद प्रिया स्टेशन से भलातिया खफीसिया अतिकी स्टेशन से बसा तो मिलन दे मिलते हैं इशारा करते हैं बंदे यानी कि वर्ग लाते हैं ज्यादातर किस उम्र के लोग होंगे ये ज्यादातर तो एज एजड होंगे जे एजड होंगे यानी कि प्लस 60-62 जी बिल्कुल ही भाई जी सच इतने ना जो ग्रीक लोग ने इतने इन्हें सन है जी समझे जिम्मे असी बिल्कुल नहल कचरा हूँ वेख लो साढ़े मुड़े पारे किले का काम इतने करते सोहना काम बाकी ये मर गए तुम आप भी सोशल मीडिया से चैक करते होने बड़े बड़े गंदे कमेंट कर रहे हैं कि है जी पाकिस्तानी डिलीवरी का काम कर लग पैन बाकी मेरा पाकिस्तानी भरावान यही मैसेज है कि चंगा काम कर रहे अपना फैक्ट्रिया काम कर कोशिश करन अपना मेहनत मजदूरी करन ए बिचों इन्हें सन समझिए कि इन्हें सिर्फ मिट्टी ही काम करना जिम्मेदारी करना बाकी नहीं तुम कोशिश करो चंगा काम ही लगेगा जी भाई जी भाई बिल्कुल ही थोड़े जहाँ पैसे नहीं भरया तो बंदे की जिंदगी खराब हो जाती तो इन्हों बंदा बच के रहा अपने भरावान की मैसेज है असं भी बच के रहा जी इज्जत की खा लो क्योंकि इन्हें भैन जो बीमार पता है बीमारियां कोशिश करें बच के रहा यहाँ पे बच्चों की मजबूरियों से फायदा उठाया जाता है और जितने भी लोगों को आपने सुना इन तमाम लोगों के एक्सपीरियंस हैं बहुत ज़्यादा लोग हिचकिचा रहे हैं कैमरे की दूसरी साइड पे खड़े हैं वो बात नहीं कर सकते लेकिन यहाँ पे बड़ा आम है सो जितने भी लोग यहाँ पे रह रहे हैं या कल को आएंगे एहतियात करें अमोनिया में ट्रेनों और बसों में अगर कोई आपके साथ इस तरह बात करता है कोल्ड पर्सन है तो आपको आपके नॉलेज में होना चाहिए कि यह बंदा हो सकता है आपका मिस यूज़ करे यकीन आप लोगों के नॉलेज में इजाफा हुआ होगा इसके साथ हमें इजाज़त दें पाकिस्तान पाइंदाबाद।